औज़ु बिल्लाहि मिनश शैतानिर रजीम, बिस्मिल्लाहिर रहमानिर रहीम। अस्सलाम वालेकुम दोस्तों, आप देख रहे हैं इत्मार टीवी और मैं हूं आपका दोस्त फखर बासावल। जैसा कि दोस्तों की खिदमत है, रोजाना एक नवी तो नई वीडियो लाकर हाजिर होने। आज भी माशाल्लाह गुलाम मुर्तजा बलो साहब जी, कितनी मज्जा ने जी? जी तीन दो सुइयां हुई हैं, दोवां दे थल्ले कट। तीन मज्जा दी वीडियो लाकर हाजिर हो, जिन्हें विच माशाल्लाह एक तुहानू अजीम तोहफा अजीम शाहकार मज विखानी है। ਪਿਛਲੀਆਂ ਦੋ ਮੱਝਾਂ ਦਿਖਾਈਆਂ ਸੀ ਇੱਕ ਦੂਸਰੇ ਤੋਂ, ਮਾਸ਼ਾਅੱਲਾ ਖੂਬਸੂਰਤ ਔਰ ਨਾਯਾਬ ਤੋਹਫੇ, ਬਹੁਤ ਅੱਛੀਆਂ ਆਡਰ ਕੁਆਲਿਟੀ ਦੀਆਂ ਔਰ ਤਕੜੀਆਂ ਕਾਦ ਬਹੁਤ ਦੀਆਂ। ਦੋ ਸਾਡੇ ਆਏ ਨੇ ਬੱਖਰ ਤੋਂ, ਉਹ ਲੈ ਗਏ ਨੇ, ਬਿਲਕੁਲ ਕਲਿੱਪ ਵੀ ਤੁਹਾਨੂੰ ਦਿਖਾਵਾਂਗੇ ਬਾਅਦ 'ਚ ਇਨਸ਼ਾਅੱਲਾ, ਐਂਡ 'ਤੇ ਲਗਾਵਾਂਗੇ। ਕੋਈ ਦੋਸਤ ਸ਼ੌਕ ਰੱਖਦੇ ਹੋਣ ਤਾਂ ਐਂਡ 'ਤੇ ਕਲਿੱਪ ਜ਼ਰੂਰ ਦੇਖਣਾ ਔਰ ਮੱਝਾਂ ਦਾ ਵਿਜ਼ਿਟ ਜ਼ਰੂਰ ਕਰਨਾ, ਸ਼ੌਕ ਨਾਲ ਜ਼ਰੂਰ ਦੇਖਣੀਆਂ ਕਿਹੜੀਆਂ ਮੱਝਾਂ ਸੇਲ ਹੋਈਆਂ ਨੇ ਅਤੇ ਕਿਸ ਆਡਰ ਕੁਆਲਿਟੀ ਦੀਆਂ ਨੇ। ਬਾਕੀ ਅੱਜ ਮਾਸ਼ਾਅੱਲਾ ਤੁਹਾਡੇ ਵਾਸਤੇ ਚੁਣ ਕੇ ਮੱਝ ਲੈਣ ਦੀ ਪੂਰੇ ਇਲਾਕੇ ਦੀ ਸ਼ਾਨ ਹੈ ਬਿਲਕੁਲ, ਔਰ ਚੈਨਲ ਦੀ ਵੀ ਸ਼ਾਨ। ਪਿਛਲੀਆਂ ਮੱਝਾਂ ਵੀ ਬਣੀਆਂ ਸੀ ਅਤੇ ਅੱਜ ਦੀ ਮੱਝ ਮਾਸ਼ਾਅੱਲਾ ਅਜ਼ੀਮ ਤੋਹਫਾ ਤੁਹਾਡੇ ਵਾਸਤੇ, ਅਜ਼ੀਮ ਸ਼ਾਹਕਾਰ ਲੈ ਕੇ ਹਾਜ਼ਰ ਹੋਇਆ। ਬਾਕੀ ਡੇਟ ਦੇ ਦਿੰਦੇ ਹਾਂ ਤੁਹਾਨੂੰ ਜੀ, 11 ਤਰੀਕ 10ਵਾਂ ਮਹੀਨਾ ਸੰਨ 2023 ਔਰ ਵਾਰ ਅੱਜ ਬੁੱਧ ਦਾ ਹੈ। ਬਾਈ ਮੁਰਤਜ਼ਾ ਦੀ ਵੀਡੀਓ ਹਰ ਬੁੱਧ ਵਾਲੇ ਦਿਨ ਹਫ਼ਤੇ ਦੇ ਵਿੱਚ ਇੱਕ ਦਿਨ ਦੀ ਲੱਗੀ ਕਰੇਗੀ, ਔਰ ਮੱਝ ਅਗਰ ਲੈ ਆਉਣਗੇ ਚੈਨਲ 'ਤੇ ਤਾਂ ਅੱਛੀ ਲੈ ਆਉਣਗੇ, ਵਰਨਾ ਵੀਡੀਓ ਨਹੀਂ ਲੱਗੀ ਕਰੇਗੀ ਬਿਲਕੁਲ। ਮੱਝਾਂ ਪਹਿਲੇ ਵੀ ਲਾਈਆਂ ਨੇ ਵੀਡੀਓ ਨੈਟ ਤੇ ਔਰ ਬਿਲਕੁਲ ਬਹੁਤ ਦੋਸਤਾਂ ਨੇ ਲਾਈਕ ਕੀਤਾ, ਸਬਸਕ੍ਰਾਈਬ ਕੀਤਾ ਦੋਸਤਾਂ ਨੇ ਤੇ ਬਹੁਤ ਅੱਛਾ ਵਿਊਜ਼ ਪਿਆ, ਅੱਛਾ ਰਿਸਪੋਂਸ ਮਿਲਿਆ ਮੁਰਤਜ਼ਾ ਬਾਈ ਨੂੰ, ਔਰ ਅੱਜ ਤੁਹਾਡੇ ਵਾਸਤੇ ਬਹੁਤ ਅੱਛੀ ਮੱਝ ਲੈ ਕੇ ਹਾਜ਼ਰ ਹੋਏ। ਇਨਸ਼ਾਅੱਲਾ ਨੈਕਸਟ ਵੀ ਅਗਰ ਤੁਸੀਂ ਇੱਦਾਂ ਪਿਆਰ ਦਿੱਤੀ ਰੱਖਿਆ ਗੁਲਾਮ ਮੁਰਤਜ਼ਾ ਨੂੰ ਤੇ ਇੱਕ ਤਰ੍ਹਾਂ ਦੇ ਜਿਹੜਾ ਨਾ ਨਾਯਾਬ ਤੋਹਫੇ ਤੁਹਾਨੂੰ ਅਜ਼ੀਮ ਮੱਝਾਂ ਔਰ ਖੂਬਸੂਰਤ ਅਡਰ ਕੁਆਲਿਟੀ ਵਾਲੀਆਂ ਦਿਖਾਉਂਦੇ ਰਹਿਣਗੇ। ਬਾਕੀ ਜੀ ਲੋਕੇਸ਼ਨ ਹੈ 407 ਗਾਹ ਬੇ ਬਖਤਾਵਰ ਦੀ ਜੋਕ, ਤਹਿਸੀਲ ਤਾਨਲਿਆਂ ਵਾਲਾ, ਜ਼ਿਲ੍ਹਾ ਫੈਸਲਾਬਾਦ। ਫੈਸਲਾਬਾਦ ਤੋਂ ਆਉਣਾ ਤਾਨਲਿਆਂ ਵਾਲਾ, ਤਾਨਲਿਆਂ ਵਾਲਾ ਤੋਂ ਤਕਰੀਬਨ 12 ਜਾਂ 13 ਕਿਲੋਮੀਟਰ ਦੀ ਦੂਰੀ ਤੇ ਪਿੰਡੀ ਸ਼ੇਖ ਮੂਸਾ ਰੋਡ ਦੇ ਰਸਤੇ ਚੰਦਾ ਜੀ, 407 ਗਾਹ ਬੇ ਬਖਤਾਵਰ ਦੀ ਜੋਕ, ਚਨਾਰ ਸ਼ੂਗਰ ਮਿੱਲ ਵਾਲਾ ਪਿੰਡ ਹੈ ਜੀ। ਕਾਫੀ ਦੋਸਤ ਜਾਣਦੇ ਨੇ ਇਲਾਕੇ ਦੇ ਵਿੱਚ, ਨਾਮ ਮਸ਼ਹੂਰ ਹੈ ਜੀ ਚੱਕ ਦਾ, ਔਰ ਕਾਫੀ ਦੋਸਤ ਇੱਥੇ ਵੀਡੀਓ ਵੀ ਬਣਾਉਂਦੇ ਪੈਣ, ਲੇਕਿਨ ਇੱਦਾਂ ਦੀਆਂ ਮੱਝਾਂ ਆਮ ਕੋਈ ਵੀ ਦੋਸਤ ਨਹੀਂ ਲਿਆ ਰਿਹਾ ਜੀ। ਬਾਕੀ ਨੰਬਰ ਦੇ ਦਿੰਦਾ 0341 45 45 379, ਇਹ ਮੇਰਾ ਵਟਸਐਪ ਔਰ ਲੋਕਲ ਨੰਬਰ ਹੈ। ਗੁਲਾਮ ਮੁਰਤਜ਼ਾ ਵੀ ਆਪਣਾ ਨੰਬਰ ਦੱਸ ਦੇਣ ਤੇ ਜਾਨਵਰਾਂ ਦੀ ਡਿਟੇਲ ਇਨਸ਼ਾਅੱਲਾ ਨਾਲ ਨਾਲ ਦਿੰਦੇ ਹਾਂ ਜੀ। ਦੋਸਤਾਂ ਨੂੰ ਸਾਰਿਆਂ ਨੂੰ ਸਲਾਮ ਹੀ ਕਹਿਣਾ ਜਿਹਨਾਂ ਨੇ ਅੱਛੀ ਔਰ ਸ਼ੌਕ ਨਾਲ ਵੇਖੀ ਵੀਡੀਓ ਔਰ ਲਾਈਕ ਕੀਤਾ, ਸਲਾਮ ਹੀ ਕਹਿਣਾ ਤੇ ਨੰਬਰ। ਸਭ ਤੋਂ ਪਹਿਲਾਂ ਤਾਂ ਮੇਰਾ ਸਾਰਿਆਂ ਬਾਈਆਂ ਨੂੰ ਮੇਰੀ ਤਰਫੋਂ ਸਲਾਮ ਹੈ, ਜਿਹੜੇ ਬੈਰੂਨੇ ਮੁਲਕ ਬੈਠੇ ਹਨ ਔਰ ਪਾਕਿਸਤਾਨ ਦੇ ਵਿੱਚ ਬੈਠੇ ਹਨ, ਉਹਨਾਂ ਸਾਡੇ ਤੇ ਇਤਮਾਦ ਕੀਤਾ ਹੈ। ਇਤਮਾਦ ਹੀ ਚੈਨਲ ਹੈ ਔਰ ਇਤਮਾਦ ਬਣਾਉਣਾ ਹੈ, ਗਵਾਉਣਾ ਨਹੀਂ। ਬਾਕੀ ਜਾਨਵਰ ਨੂੰ ਵੇਖਣਾ ਪਰਖਣਾ ਉਹਨਾਂ ਬਾਈਆਂ ਹੈ, ਸਾਡਾ ਕੰਮ ਹੈ ਮਿਹਨਤ ਕਰਕੇ ਲੈ ਆਉਣਾ ਬਿਲਕੁਲ। ਬਾਕੀ ਮੇਰਾ ਵਟਸਐਪ ਔਰ ਲੋਕਲ ਨੰਬਰ ਹੈ 0344-00-88-186, ਦੁਬਾਰਾ ਮੁੜ ਦੱਸ ਦੇਣਾ 0344-00-88-186। ਬਾਕੀ ਗੱਲ ਇਹ ਮੱਝਾਂ ਲਿਆਂਦੀਆਂ ਨੇ ਤਿੰਨ, ਇੱਕ ਹੈ ਤੀਸਰਾ ਵਾਰਾ ਸੂਈ ਹੈ, ਅਜੇ ਹੁਣੀ ਸੂਈ ਹੈ, ਜੋਰ ਪਿੱਛੇ ਕੱਟੀ ਜਾਈ ਸੂ। ਬਾਕੀ ਦੋ ਮੱਝਾਂ ਦੂਜਣਾ ਨੇ, ਇੱਕ ਸੂਈ ਹੋਈ ਉਹਦੇ ਥੱਲੇ ਕੱਟੀ ਹੈ ਔਰ ਇੱਕ ਤਿਆਰ ਹੈ। ਬਾਕੀ ਮੱਝਾਂ ਮੇਰੀਆਂ ਚੰਗੀਆਂ ਨੇ, ਚੰਗਾ ਨਾਂ ਅੱਲਾ ਦਾ ਹੈ। ਐਂਡ ਪਹਿਲੇ ਤੋਂ ਲੈ ਕੇ ਐਂਡ ਤੱਕ ਵੀਡੀਓ ਵੇਖਣੀ ਹੈ ਔਰ ਲਾਈਕ ਕਰਨਾ ਹੈ ਔਰ ਮਾਸ਼ਾਅੱਲਾ ਦਾ ਕਮੈਂਟ ਕਰਨਾ ਹੈ, ਸੌਦਾ ਜਿਹੜਾ ਹੈ ਨਾ ਉਹ ਕਿਸਮਤ। ਵੀਡੀਓ ਸਕਿਪ ਨਹੀਂ ਕਰਨੀ, ਵੇਖਣੀ ਜ਼ਰੂਰ ਹੈ ਸ਼ੁਰੂ ਤੋਂ ਲੱਗ ਕੇ ਐਂਡ ਤੱਕ, ਲੈਣਾ ਦੇਣਾ ਨਸੀਮ ਕਦਰ ਦੀ ਗੱਲ ਹੈ। ਬਸ ਸਾਡੀ ਰਿਕੁਐਸਟ ਹੈ ਕਿ ਮੱਝ ਤੁਸੀਂ ਦੇਖਣੀ ਜ਼ਰੂਰ ਅੱਗੇ, ਨਸੀਮ ਕਦਰ ਦੀ ਗੱਲ ਜੀ। ਕੈਮਰਾਮੈਨ ਦਿਖਾਓ ਪਹਿਲੇ ਨੰਬਰ ਤੇ, ਪਰ ਜਾਨਵਰ ਦਿਖਾ ਰਿਹਾ ਗੁਲਾਮ ਮੁਰਤਜ਼ਾ, ਡਿਟੇਲ ਦਿਓ ਬਾਈ ਜਾਨੇ ਦੀ ਜੀ। ਪਹਿਲੇ ਨੰਬਰ ਤੇ ਤੀਸਰੇ ਵਾਰੇ ਮੱਝ ਸੂਈ ਹੈ, ਅਜੇ ਹੁਣ ਸੂਈ ਹੈ, ਜੋਰ ਪਿੱਛੇ ਹੈ,
ਕੱਟੀ ਜਾਈ ਸੂ ਮਾਸ਼ਾਅੱਲਾ ਜੀ, ਅੱਲਾ ਤਾਲਾ ਜਿਹੜਾ ਭਾਈ ਲੈ ਜਾਵੇ ਉਹਦੇ ਨਸੀਬਾਂ ਚ ਕਰੇ। ਤੀਸਰਾ ਵਾਰਾ ਸੂਈ ਹੈ ਮਾਲਕਾਂ ਨਾਲ, ਮਾਲਕਾਂ ਜਿਹੜੀ ਮੈਨੂੰ ਗਰੰਟੀ ਦਿੱਤੀ ਭਾਈ ਫਖਰ ਜੀ, ਉਹਨਾਂ 20-25 ਲੀਟਰ ਦੀ ਦਿੱਤੀ ਹੈ, ਲੇਕਿਨ ਆਪਾਂ ਮਾਲਕਾਂ ਤੂੰ ਘਟਾ ਕੇ ਦੇਣੀ ਔਰ ਮੱਝ ਮੇਰੀ 20-25 ਲੀਟਰ ਵਾਲੀ ਹੈ ਵੀ। ਇਹ ਖੁਦ ਦੋਸਤ ਦੇਖ ਸਕਦੇ ਨੇ ਕਿ 25 ਲੀਟਰ ਹੀ ਹੈ ਜਾਂ ਨਹੀਂ ਹੈ। ਬਿਲਕੁਲ, ਬਾਕੀ ਕੱਦ, ਹਾਈਟ, ਪੁੱਠਾ, ਅਦਰ ਕੁਆਲਿਟੀ, ਸਿਰ, ਮੱਥਾ ਜੀ, ਅੱਖ ਇੱਕ ਕਾਲੀ ਹੈ ਇੱਕ ਸਫੈਦ ਹੈ, ਸਿਰ ਸੋਹਣਾ, ਪੁੱਠਾ ਸੋਹਣਾ, ਚਲਦੀ ਤੁਰਦੀ ਮੱਝ ਆਪਾਂ ਉਹਨਾਂ ਨੂੰ ਭਾਈਆਂ ਨੂੰ ਵਿਖਾਣੀ ਹੈ, ਕੋਈ ਸ਼ਾਇਦ ਆਪਾਂ ਲੁਕਾਉਣੀ ਨਹੀਂ। ਬਿਲਕੁਲ ਜੀ, ਮੱਠੀ ਤੋਰੋ, ਕੱਟੀ ਅੱਗੂ ਕਰੋ। ਬਾਕੀ ਮੈਂ ਮੇਰੀ ਜਿਹੜੀ ਹੈ ਪਾਸਦਾਰੀ ਕੀਤੀ ਹੈ, ਕੋਈ ਕਿਲੋ ਡੇਢ ਨਾਰਾ ਕੱਢਿਆ ਹੈ, ਜ਼ਿਆਦਾ ਨਹੀਂ ਕੱਢਿਆ, ਤੇ ਇਹ ਨਹੀਂ 8 ਸੇਰ ਚੋਲ ਹੈ ਜਾਂ 10 ਸੇਰ ਭਾਈ ਫਖਰ ਚੋਲ ਹੈ। ਬਾਕੀ ਥਾਣ ਕਾਦ ਹਾਈਟ ਤੁਹਾਡੇ ਸਾਹਮਣੇ ਹੈ, ਬੜੀ ਵੱਡੀ ਮੈਂ ਹੈ, ਨਾ ਹਰ ਕੋਈ ਉਹ ਜੀ ਮੱਝ ਖਰੀਦ ਸਕਦਾ ਹੈ ਔਰ ਨਾ ਹੀ ਕੋਈ ਸੇਲ ਕਰ ਸਕਦਾ ਹੈ। ਅੱਲਾਹ ਤਾਲਾ ਨੇ ਬਸ ਚੰਗੀ ਮੱਝ ਦੀ ਸ਼ੌਕ ਰੱਖੀ ਔਰ ਬਾਈਆਂ ਦੀ ਖਿਦਮਤ ਵਾਸਤੇ ਪਤਾ ਨਹੀਂ ਕਿੱਥੋਂ ਕਿੱਥੋਂ ਮਿਹਨਤ ਕਰਕੇ ਜਾਨਵਰ ਲਿਆਂਦੇ ਜੀ। ਬਿਲਕੁਲ, ਲਿਬਾਸ ਦੇਖ ਲਓ, ਅੱਗੇ ਵੀ ਦੇਖ ਲਓ ਔਰ ਪਿੱਛੇ ਵੀ ਦੇਖ ਲਓ, ਤੀਸਰੇ ਸੂਏ ਦੇ ਵਿੱਚ ਸੂਈ ਹੈ। ਅੱਜ ਹੀ ਕੁਛ ਘੰਟੇ ਪਹਿਲੇ, 1 ਘੰਟਾ ਜਾਂ 1.5 ਘੰਟਾ ਹੋ ਗਿਆ ਮੱਝ ਸੂਈ ਨੂੰ, ਹਾਲੇ ਤੀਕਰ ਜੇਰ ਨਹੀਂ ਪਾਈ ਮੁਕੰਮਲ ਜੀ। ਬਾਕੀ ਤੁਸੀਂ ਮੱਝ ਤੁਰਦੀ ਦੇਖੋ, ਖੁਦ ਲਿਬਾਸ ਦੇਖੋ, ਮਾਸ਼ਾਅੱਲਾ ਥੱਲੇ ਮੇਲੇ ਲਾਈ ਫਿਰਦੀ, ਦੇਖੋ ਜੀ ਇਹ ਕੱਟੀ ਮਾਸ਼ਾਅੱਲਾ ਦੀ, ਤੁਰ ਨਹੀਂ ਸਕਦੀ, ਬੜੀ ਖੂਬਸੂਰਤ ਥੱਲੇ ਕੱਟੀ ਜੀ, ਬਿਲਕੁਲ ਹੈ ਕੱਚਾ ਨਾੜੋ, ਬਹਰਾਲ ਜੇਰ ਦੇਖ ਰਹੇ ਨਾਲ ਸਾਰਾ ਕੁਛ ਨਜ਼ਰ ਆ ਰਿਹਾ। ਬਾਕੀ ਐਡੀ ਵੱਡੀ ਮੱਝ ਜੋ ਕਿ ਤੁਸਾਂ ਦੁੰਨੀ ਦੇਖਣੀ, ਕੋਲੀ ਦੇਖਣੀ ਨਾ ਹੁੰਦੇ ਬਰਾਬਰ ਜੀ, ਇਹ ਕੋਲੀ ਦੇਖੋ ਜੀ, ਇਹ ਦੇਖੋ ਨਾ ਜੀ, ਇਹ ਨਾ ਹੁੰਦੇ ਬਰਾਬਰ, ਬਿਲਕੁਲ ਦੁੰਨੀ ਕੋਲੀ ਤੁਹਾਡੇ ਸਾਹਮਣੇ ਜੀ। ਬਾਕੀ ਇਹ ਲਿਬਾਸ ਅੱਗੇ ਵੀ ਦੇਖ ਲਓ, ਕੋਈ ਦੋਸਤ ਇਹ ਨਾ ਸਮਝੇ ਕਿ ਸਿਰੇ ਪਿੱਛੇ ਹੈ, ਅੱਗੇ ਕੋਈ ਨੀ, ਇਹ ਦੇਖ ਲਓ ਸਾਈਡ ਤੋਂ ਤੁਹਾਨੂੰ ਇਹ ਦਿਖਾਉਂਦੇ ਪਿਆ, ਮਾਸ਼ਾਅੱਲਾ ਟੈਚ ਹੈ ਪਿੱਛੋਂ ਸਾਰ ਨਾਲ ਭਾਈ ਫਖਰ ਟੈਚ ਹੈ, ਅੱਗੇ ਕਿਸਮਤ ਮੁਕੱਦਰ ਦਾ ਸੌਦਾ ਹੈ। ਬਿਲਕੁਲ, ਥੱਲੇ ਮਸ਼ਕ ਬੰਨੀ ਫਿਰਦੀ ਮੱਝ, ਜੇ ਮਸ਼ਕ ਨਹੀਂ ਹੈ ਤੇ ਤੁਸੀਂ ਖੁਦ ਦੇਖ ਸਕਦੇ ਹੋ, ਤੁਸੀਂ ਖੁਦ ਦੱਸ ਸਕਦੇ ਹੋ, ਥੱਲੇ ਮਾਸ਼ਾਅੱਲਾ ਮੇਲੇ ਲਾਈ ਫਿਰਦੀ ਔਰ ਮਸ਼ਕਾਂ ਬੰਨੀ ਫਿਰਦੀ, ਆ ਪਿੱਛੇ ਵੀ ਦੇਖੋ ਔਰ ਅੱਗੇ ਵੀ, ਕਿਦੂ ਮੱਝ ਰਹੀ ਹੋਈ ਨਹੀਂ, ਬਿਲਕੁਲ ਬਹੁਤ ਤਕੜੇ ਲਿਬਾਸ ਦੀ ਮਾਲਕ ਜੀ। ਤੀਸਰੇ ਸੂਏ ਦੇ ਵਿੱਚ ਸੂਈ ਹੈ, ਥੱਲੇ ਕੱਟੀ ਹੈ ਜੀ, ਜੇਰ ਵਿਖਾ ਦਿਓ ਸਾਰੀ ਸੁੱਟਦੀ ਪਈ, ਵੱਡਾ ਵਾਧਾ ਹੈ ਮੈਂ ਦਾ। ਹਾਂਜੀ, ਪਿਆ ਜੇਰ ਸਾਹਮਣੇ, ਬਿਲਕੁਲ ਦੇਖੋ, ਕੱਦ ਵੀ ਦੇਖੋ ਔਰ ਵੇਲ ਵੀ ਦੇਖੋ ਜੀ, ਮਾਸ਼ਾਅੱਲਾ ਬੜੀ ਤਕੜੀ ਮੱਝ ਹੈ ਜੀ, ਇਹ ਦੇਖੋ, ਇਹ ਤਸੱਲੀ ਕਰੋ ਜੀ, ਪੂਰੀ ਅਸੀਂ ਦੂਰੋਂ ਦਿਖਾ ਰਹੇ ਹਾਂ, ਕੋਈ ਉੱਪਰ ਚੜ੍ਹ ਕੇ ਨਹੀਂ ਦਿਖਾ ਰਹੇ ਹਾਂ, ਤਾਂ ਕਿ ਮੱਝ ਦੀ ਤਸੱਲੀ ਹੋ ਜਾਵੇ। ਜੀ ਬਿਲਕੁਲ, ਦੂਸਰਾ ਮੱਝ ਉੱਪਰ ਆ ਗਈ ਜੀ, ਇਹ ਦੇਖੋ ਜੀ, ਬਿਲਕੁਲ ਮੱਝ ਮਾਸ਼ਾਅੱਲਾ ਬਹੁਤ ਤਕੜੀ ਹੈ, ਬਾਕੀ ਕੱਟੀ ਤੁਹਾਨੂੰ ਦਿਖਾ ਰਹੇ ਹਾਂ ਜੀ। ਅੱਛਾ ਗੁਲਾਮ ਮੁਰਤਜ਼ਾ ਭਾਈ, ਇਹਦਾ ਮੁੱਲ ਜਿਹੜਾ ਨਾ ਉਹ ਕਰੋ। ਹਾਂ, ਮੁੱਲ ਭਾਈ ਫਖਰ ਨਹੀਂ ਕਰਨਾ, ਵੱਡੀ ਮੈਂ ਤੁਹਾਡੇ ਸਾਹਮਣੇ ਅੱਗੇ ਲਈ ਮੱਝ ਦਾ ਵੀ ਨਹੀਂ ਕੀਤਾ ਜੀ, ਤੇ ਮੈਂ ਮੇਰੀ 20 ਕਿਲੋ ਪਲੱਸ ਕਰਨ ਵਾਲੀ ਹੈ, ਲੇਕਿਨ ਆਪਾਂ ਵੀਰਾਂ ਸੱਜਣਾ ਨੂੰ ਕਿਲੋ ਦੋ ਵਿੱਚੋਂ ਛੱਡ ਦੇਣੇ ਆ, 18 ਕਿਲੋ ਦੀ ਗਰੰਟੀ ਦੇ ਛੱਡਣੇ ਆ, 18 ਕਿਲੋ ਵਾਲੀ ਹੈ। ਬਿਲਕੁਲ, ਬਾਕੀ ਹੈ ਤੁਸੀਂ ਦੇਖ ਸਕਦੇ ਹੋ ਖੁਦ ਕਿ ਇੰਨੇ ਤਕੜੇ ਲਿਬਾਸ ਦੇ ਵਿੱਚੋਂ 18 ਕਿਲੋ ਜੇ ਨਹੀਂ ਨਾ ਇਹਨੇ ਮੱਝ ਦੇਣਾ, ਤੇ ਹੋਰ ਕਿਸੇ ਨੇ ਦੇਣਾ ਵੀ ਨਹੀਂ। ਬਿਲਕੁਲ, 20 ਕਿਲੋ ਦੇਣਾ ਹੈ, ਲੇਕਿਨ ਝੂਠ ਫਰੇਬ ਨਹੀਂ ਕਰਨਾ। ਹਾਂਜੀ ਬਿਲਕੁਲ, ਨਹੀਂ ਕਰਨੀ, ਦੇਖੋ ਜੀ ਵੰਜਾਣਾ ਨਹੀਂ ਹੈ। ਬਿਲਕੁਲ ਜੀ, ਲਿਬਾਸ ਤੁਸੀਂ ਖੁਦ ਦੇਖੋ ਔਰ ਲਿਬਾਸ ਤੁਸੀਂ ਖੁਦ ਦੇਖਣਾ ਹੈ ਔਰ ਤੁਸਾਂ ਤਸੱਲੀ ਕਰਨੀ ਕਿ ਇਸ ਲਿਬਾਸ ਦੇ ਵਿੱਚੋਂ ਬਿਲਕੁਲ ਇੰਨਾ ਦੁੱਧ ਕਰੇਗੀ ਜਾਂ ਨਹੀਂ ਕਰੇਗੀ। ਅੱਛਾ, ਮੁੱਲ ਕੀ ਆਇਆ ਦੋਸਤਾਂ ਨਾਲ ਹੋਏਗਾ? ਬਿਲਕੁਲ, ਕੋਈ ਦੋਸਤ ਅਗਰ ਸ਼ੌਕ ਨਾਲ ਵੇਖਦਾ ਹੈ ਜਾਂ ਖਰੀਦਦਾ ਹੈ ਤੇ ਫਿਰ ਉਹਦੇ ਨਾਲ ਮੁੱਲ ਇੱਥੇ ਲਾਵੇ ਨਾ, ਇੱਥੇ ਬਿਲਕੁਲ
ਕੱਲੀ ਸ਼ਾਹ ਜ਼ੋਰ ਚ ਪੂਰੀ ਆਉਣ ਵਾਲੀ ਤੇ ਮੁੱਠ ਵੀ ਨਹੀਂ ਰੱਖੀ। ਵੱਖੀ ਤੁਸੀਂ ਖੁਦ ਦੇਖ ਲੋ ਬਿਲਕੁਲ, ਇਹ ਦੇਖੋ ਛੋਟੀ ਵੱਖੀ ਦੇ ਮਾਲਕ ਔਰ ਕੱਲੀ ਬਿਲਕੁਲ ਸ਼ਾਹ ਜ਼ੋਰ ਦੇ ਵਿੱਚ ਇਨਸ਼ਾਲਾ ਆਏਗੀ ਜੀ। ਇਹ ਦੇਖੋ ਦੂਸਰੀ ਮੱਝ ਵਿੱਚ ਪੈ ਗਈ ਤਾਂ ਇਨਸ਼ਾਲਾ ਇਹਨਾਂ ਕੋਲ ਖੜਿਆ ਨਹੀਂ ਜਾਣਾ। ਬਿਲਕੁਲ ਬਹੁਤ ਤਕੜੀ ਮਾਸ਼ਾਅੱਲਾ ਮੱਝ, ਬਹੁਤ ਅਡਰ ਕੁਆਲਿਟੀ ਔਰ ਆਲੀ ਔਰ ਨਾਯਾਬ ਤੋਹਫਾ। ਅੱਛਾ ਮੁੱਲ ਕੋਈ ਮੁੱਲ ਆਇਆ ਦੋਸਤਾਂ ਨਾਲ ਕਰ ਸਕਦਾ ਕੋਈ ਦੋਸਤ ਸ਼ੌਕੀਨ ਹੈ ਉਹਦੇ ਵਾਸਤੇ? ਉਹਦੇ ਵਾਸਤੇ ਬਾਈ ਜੀ ਉਸ ਮੇਰੇ ਨਾਲ ਅਗਰ ਰਾਬਤਾ ਕੀਤਾ ਤਾਂ ਆਪਾਂ ਪਿਆਰ ਮੁਹੱਬਤ ਨਾਲ ਉਹਨੂੰ ਮੈਂ ਦੇ ਛੱਡਾਂਗੇ ਜਿਵੇਂ ਅਗਲੀਆਂ ਮੱਝਾਂ ਦਿੱਤੀਆਂ। ਅਗਲੀ ਵੱਡੀ ਮੱਝ ਖੜੀ ਨਹੀਂ ਹੋ ਸਕਦੀ ਫੇ। ਦੂਸਰਾ ਮਾਸ਼ਾਅੱਲਾ ਲਿਬਾਸ ਬਹੁਤ ਤਕੜਾ ਜੀ, ਬਿਲਕੁਲ ਮੱਝ ਤੰਗ ਹੁੰਦੀ ਪਈ ਹੈ, ਬਾਕੀ ਧੁੱਪ ਵੀ ਹੈ ਇਨਸ਼ਾਅੱਲਾ। ਬਹਰਹਾਲ ਤੁਹਾਨੂੰ ਮੱਝ ਦੀ ਡਿਟੇਲ ਸਾਰੀ ਦੇ ਦਿੱਤੀ ਦੋਸਤਾਂ ਨਾਲ, ਸ਼ੌਕੀਨ ਦੋਸਤ ਰਾਬਤਾ ਕਰਨ ਔਰ ਸ਼ੌਕੀਨ ਦੋਸਤਾਂ ਨਾਲ ਇਨਸ਼ਾਅੱਲਾ ਮੁੱਲ ਹੋਏਗਾ ਪਿਆਰ ਮੁਹੱਬਤ ਵਾਲਾ। ਬਿਲਕੁਲ ਲੈ ਆਓ ਜੀ ਅੱਗੇ ਦੂਸਰੇ ਨੰਬਰ ਤੇ ਜੀ। ਜੀ ਅੱਗੇ ਦੂਸਰੇ ਨੰਬਰ ਤੇ ਮੱਝ ਦਿਖਾ ਰਿਹਾ ਮਾਸ਼ਾਅੱਲਾ, ਬਹੁਤ ਖੂਬਸੂਰਤ ਇਹ ਵੀ ਜੀ, ਅਡਰ ਕੁਆਲਿਟੀ ਦੀ ਅੱਛੀ ਥਾਨ ਲਿਬਾਸ, ਬਾਕੀ ਤੁਸੀਂ ਖੁਦ ਦੇਖੋ। ਇਹ ਦੇਖੋ ਜੀ ਮਾਸ਼ਾਅੱਲਾ, ਬਿਲਕੁਲ ਤਸੱਲੀਆਂ ਕਰੋ, ਬਾਕੀ ਪੁੱਠੇ ਪੁੜੇ ਦੀ ਦੇਖ ਲਓ ਤੁਸੀਂ ਖੁਦ। ਇੱਕ ਗੱਡੀ ਦੀ ਮਾਲਕ ਤਸੱਲੀ ਤੁਸਾਂ ਖੁਦ ਕਰਨੀ, ਦਿਖਾਉਣਾ ਕੰਮ ਮੇਰਾ ਔਰ ਵੇਖਣਾ ਕੰਮ ਤੁਹਾਡਾ ਜੀ। ਪਰਖਣਾ ਜਾਨਵਰ ਨੂੰ ਦੇਖਣਾ ਉਹ ਤੁਸੀਂ ਤਸੱਲੀ ਆਪਣੀ ਖੁਦ ਕਰਨੀ। ਇਹ ਦੇਖੋ ਜੀ ਤਸੱਲੀ ਕਰੋ, ਮੁਕੰਮਲ ਮਾਸ਼ਾਅੱਲਾ ਥਾਣ ਤੁਹਾਨੂੰ ਦਿਖਾ ਰਿਹਾ। ਔਰ ਇਹ ਸੂਈ ਹੋਈ ਨਾ ਜੀ? ਇਹ ਜੀ ਕੱਲ ਪਰਸੋਂ ਸੂਈ, ਦੋ ਦੇ ਹੋ ਗਏ ਨੇ ਇਸ ਵੀ ਕੱਟੀ। ਪਰਸੋਂ ਸੂਈ ਕਿੰਨਵੇਂ ਸੂਏ ਦੇ ਵਿੱਚ ਸੂਈ ਜੀ? ਇਹ ਦੂਸਰਾ ਵਾਰਾ ਸੂਈ ਜੀ। ਦੂਸਰਾ ਵਾਰਾ ਸੂਈ ਥੱਲੇ ਕੱਟੀ ਜੀ? ਥੱਲੇ ਕੱਟੀ, ਇਹ ਥੱਲੇ ਕੱਟੀ ਜੀ ਬਿਲਕੁਲ। ਥੋੜਾ ਤੋਰ ਕੇ ਦਿਖਾਓ ਜੀ ਇੱਧਰ, ਇੱਥੇ ਹੀ ਤੋਰ ਦਿਓ, ਇੱਥੇ ਨਜ਼ਰ ਆ ਰਹੀ ਦੂਸਰੇ ਸੂਏ ਸੂਈ ਹੈ ਜੀ। ਹਾਂਜੀ ਬੜੀ। ਇਹਦੇ ਕੋਲ ਕਿੰਨਾ ਇਸ ਟਾਈਮ ਬੌਲਾ ਜੀ? ਸਾਰਿਆਂ ਦੇ ਕੋਲ ਬੌਲਾ ਜਿਹੜਾ ਗਰੰਟੀ ਵਾਲਾ ਨਾ, ਇਹਨੂੰ ਦੋ ਦੇ ਸੂਈ ਹੋਈ ਨੂੰ ਹੋਣ ਜੀ। ਅੱਜ ਕੋਈ ਆ ਜਾਏ ਕੱਲ ਆ ਜਾਏ ਜੀ, ਬੱਚੇ ਨੂੰ ਛੱਡਣਗੇ ਤੇ ਇਹਦਾ 11 ਕਿਲੋ ਚੁਆਵਾਂਗਾ। ਠੀਕ ਹੋ ਗਿਆ ਜੀ। ਅਗਰ ਬੱਚੇ ਨੂੰ ਨਾ ਛੱਡਣਗੇ ਤੇ ਦੋਵਾਂ ਟਾਈਮਾਂ ਦਾ 12 ਕਿਲੋ ਬੌਲਾ ਚੁਆਵਾਂਗਾ ਔਰ 15-16 ਕਿਲੋ ਦੀ ਗਰੰਟੀ ਦੇਵਾਂਗਾ। ਠੀਕ ਹੋ ਗਿਆ। ਹੁਣ ਕੋਈ ਦੋਸਤ ਆਂਦਾ ਨਾ ਤਾਂ 12 ਲੀਟਰ ਚੁਆਈ ਦੋ ਟਾਈਮ ਦੀ ਕਰ ਸਕਦਾ ਔਰ ਇਨਸ਼ਾਅੱਲਾ 14-15 ਲੀਟਰ ਕਰਨ ਵਾਲੀ ਹੈ ਮੱਝ। ਜੋਟੀ ਇਹ ਵੀ ਕੱਲੀ ਸ਼ਾਹ ਜ਼ੋਰ ਚ ਪੂਰੀ ਆਉਣ ਵਾਲੀ ਬੜੀ ਵੱਡੀ ਜੋਟੀ ਔਰ ਇਹ ਮੇਰੇ ਘਰ ਦੀ ਜੋਟੀ ਹੈ। ਬਿਲਕੁਲ ਜੀ, ਬੜੀ ਮਾਸ਼ਾਅੱਲਾ ਤਕੜੀ ਹੈ ਜੀ ਜੋਟੀ। ਇਹ ਥੋੜਾ ਜਿਹਾ ਪੈਰ ਅੱਗੇ ਪਿੱਛੇ ਕੀਤੀ ਖਲੋਤੀ ਜੀ। ਔਰ ਇਹ ਦੇਖ ਲਓ ਲਿਬਾਸ ਮਾਸ਼ਾਅੱਲਾ ਤਸੱਲੀ ਵਾਲਾ ਜੀ। ਇਹ ਦੇਖੋ ਠੀਕ ਹੋ ਗਿਆ, ਫਿਰ ਮੈਂ ਦਿਖਾ ਦੇਣਾ। ਰੇਟ ਕਰੋ ਜੀ ਇਹਦਾ, ਰੇਟ ਇਹਦਾ ਸਰ ਜਿਹੜਾ ਨਾ ਮਕੂਲ ਹੈ, ਨਾ ਹੋਣ ਦੇ ਬਰਾਬਰ ਕਰਨਾ ਰੇਟ ਆਪਾਂ ਜੀ, ਭਾਈਆਂ ਨੂੰ ਕਰਨਾ ਹੈ ਖੁਸ਼ ਜੀ। ਰੇਟ ਇਹਦਾ ਕਰ ਛੱਡਣਾ ਤੇ 4,45,000 ਅਗਰ ਬੱਚੇ ਨੂੰ ਛੱਡੇ ਤੇ 11 ਕਿਲੋ ਚੁਆਣਾ, ਸਹੀ ਹੋ ਗਿਆ ਜੀ। ਜੋਟੀ ਦੇ ਛੱਡਣੀ ਹੈ 4,20,000 ਦੀ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਕਿਆ ਬਾਤ ਹੈ ਜੀ, ਬੜੀਆਂ ਸੋਹਣੀਆਂ ਗੱਲਾਂ ਤੁਹਾਡੀਆਂ ਜੀ, ਪਸੰਦ ਆਉਣ ਵਾਲੀਆਂ ਜੀ। ਆਪਾਂ ਝੂਠ ਵਾਲੇ ਬਾਈ ਫਕਰ 25,000 ਦਾ ਇਕੱਠਾ ਹੀ ਪਿਆਰ ਮੁਹੱਬਤ ਕਰਕੇ ਫਾਈਨਲ ਇੱਕੋ ਗੱਲ, 4,20,000 ਜੀ। ਮੂੰਹ ਦੇ ਵਿੱਚ ਹੱਥ ਨਹੀਂ ਪਾਣਾ, ਰੱਖਣਾ ਹੈ ਜੀ। 4,20,000 ਰੁਪਏ ਆ ਦੋਸਤਾਂ ਨਾਲ 19 ਪਿਆਰ ਮੁਹੱਬਤ ਹੋ ਜਾਏ, ਪਿਆਰ ਮੁਹੱਬਤ। ਲੈ ਆਓ ਅੱਗੇ ਤੀਸਰੇ ਨੰਬਰ ਤੇ ਜੀ। ਤੀਸਰੇ ਨੰਬਰ ਤੇ ਮੈਂ ਦਿਖਾ ਰਹੇ ਜੀ, ਡਿਟੇਲ ਦਿਓ ਮੁਰਤਜ਼ਾ ਬਾਈ। ਇਹ ਦੂਜਾ ਵਾਰਾ ਜੋਟੀ ਸੁਣੀ ਹੈ, ਬੜੀ ਪਿਆਰੀ ਔਰ ਨਯਾਬ ਤੋਹਫਾ। ਠੀਕ ਹੋ ਗਿਆ ਜੀ। ਥਨ ਬੜਾ ਸੋਹਣੀ, ਅਦਰ ਕੁਆਲਿਟੀ ਦੀ ਮਾਲਕ, ਕੱਦ ਹਾਈਟ ਬਹੁਤ ਬੜਾ ਸੋਹਣਾ ਜੋਟੀ ਨੂੰ, ਬਿਲਕੁਲ ਬੜਾ ਨਿੱਕਾ ਨਿੱਕਾ ਪਿਆਰਾ ਲੱਗਾ ਹੋਇਆ, ਅੱਖਾਂ ਦੋਵੇਂ ਸਾਖੀਆਂ ਕਾਲੀਆਂ ਜੀ, ਦੁਨੀ ਕੋਲੀ ਕੋਈ ਨਾ, ਕੱਦ ਹਾਈਟ ਤਿੰਨਾਂ ਮੱਝੀ ਦਾ ਤਕਰੀਬਨ ਵੱਡੀ ਮੈਂ ਤੋਂ ਬੜ ਭਾਰੀ ਮੈਂ ਹੈ, ਲੇਕਿਨ ਅੱਲਾ ਤਾਲਾ ਸਿਰ ਵੀ ਬੜਾ ਬਹਿ ਬਹਿ ਕੇ ਬਣਾਇਆ, ਥੋੜੀ ਜੀ ਡਰਦੀ ਕੈਮਰੇ ਤੂੰ
ਮੱਝ ਸੋਨਾ ਕਿੰਨਵੇਂ ਸੂਬੇ ਨੇ ਜੀ? ਸੋਨਾ ਜੀ ਦੂਜਾ ਵਾਰਾ ਛੋਟੀ ਸੋਨਾ ਹੈ, ਦੂਸਰਾ ਵਾਰਾ ਜੀ। ਹਾਂਜੀ, 8 ਤੋਂ 10 ਦਿਨ ਲੈਂਦੀ ਹੈ, ਉੱਤੋਂ ਵੇਖ ਲਓ ਪੁੱਠੇ ਪੁੜੇ ਨੂੰ ਪਤਾ ਕੋਈ, ਸਾਰੀ ਕਾਲੀ ਸਿਆਹ ਹੈ, ਪਛਾ ਮਾਲੀ ਮੱਝ ਹੈ। ਦੂਸਰਾ ਵਾਰਾ ਸੋਨਾ ਇਸ ਤੋਂ 8 ਤੋਂ 10 ਦਿਨ ਲੈਂਦੀ ਹੈ, 8-10 ਦਿਨ ਲੈਂਦੀ ਸੂਣ ਦੇ ਕੱਢਦੀ ਜੀ ਬਿਲਕੁਲ। ਬਾਕੀ ਦੂਸਰੇ ਵਾਰੇ ਦੇ ਵਿੱਚ ਸੂਣ ਵਾਲੀ ਜੀ ਔਰ ਤਸੱਲੀ ਕਰਨੀ ਬਿਲਕੁਲ ਥਣਾ ਜੀ। ਇਹ ਦੇਖੋ ਜੀ ਔਰ ਥਣ ਬੜਾ ਪਿਆਰਾ ਖੂਬਸੂਰਤ ਮੁੱਠ ਬਰ ਲੱਗਾ ਜੀ ਤੁਹਾਡੇ ਸਾਹਮਣੇ ਜੀ। ਇਹ ਤਸੱਲੀ ਕਰੋ ਚਾਰਾਂ ਥਣਾ ਦੀ ਵਿੱਚ ਵਿਰਲ ਦੇਖੋ ਔਰ ਲਾਟੂਆਂ ਵਰਗਾ ਵਰਗਾ ਮਾਸ਼ਾਅੱਲਾ ਖੂਬਸੂਰਤ ਤੁਹਾਡਾ ਇਤਮਾਦ ਟੀਵੀ ਤੇ ਇਤਮਾਦ ਹੀ ਬਣਾਉਣਾ ਬੇਨਸਲੀ ਮੱਝ ਜਿਹੜੇ ਚੈਨਲ ਤੇ ਚੜ੍ਹਨੀ ਕੰਮ ਹੀ ਛੱਡ ਦੇਣਾ। ਬਿਲਕੁਲ ਜੀ, ਉਲਾਮੇ ਵਾਲਾ ਕੰਮ ਨਹੀਂ ਕਰਨਾ। ਜਿਹੜੇ ਮੇਰੇ ਵੀਰ ਬਾਹਰ ਬੈਠੇ ਨੇ ਕਿੰਨਾ ਉਹਨਾਂ ਦਾ ਪਦ ਸਫਰ ਹੈ ਜੀ ਜੀ ਬਿਲਕੁਲ। ਉਹ ਸਾਡੇ ਤੇ ਇਤਮਾਦ ਕਰਦੇ ਜੇ ਅਸੀਂ ਉਹਨਾਂ ਦੇ ਨਾਲ ਦਗਾ 2-4 ਹਜ਼ਾਰ ਪਾਕਿਸਤਾਨ ਚ ਬਹਿ ਕੇ ਕਰੀਏ ਤੇ ਸਾਡੇ ਵਾਸਤੇ ਨਾ ਮੁਨਾਸਿਬ। ਹਾਂਜੀ, ਲਾਨਤ ਵਾਲੀ ਗੱਲ ਹੈ, ਬੇਇੱਜ਼ਤੀ ਵਾਲੀ ਗੱਲ ਹੈ ਬਿਲਕੁਲ। ਬਾਕੀ ਤੁਸੀਂ ਖੁਦ ਦੇਖ ਰਹੇ ਹੋ ਮੱਝ ਮਾਸ਼ਾਅੱਲਾ ਤਕੜਿਆ ਡਰ ਕੁਆਲਿਟੀ ਦੀ ਜੀ, ਓਦਾਂ ਲਿਕੜ ਦੀ ਜੀ 8-10 ਦਿਨ ਕੈਮਰੇ ਥੋੜਾ ਡਰਦੀ ਵੀ ਠੀਕ ਹੋਗਾ ਜੀ। ਇਹਦਾ ਮੁੱਲ ਕਰੋ ਜੀ, ਮੁੱਲ ਇਹਦਾ ਮੈਂ ਤਾਂ ਨਾ ਗਿਫਟੀ ਦੇ ਦੇਈਏ ਕੋਈ ਗੱਡੀ ਗੱਲੇ ਤੇ ਲੈ ਜਾ ਜੀ ਬਿਲਕੁਲ ਸਹੀ ਹੋ ਗਿਆ। ਲੇਕਿਨ ਕਰ ਜਾ ਜਦੋਂ ਭਾਈ ਕਮੈਂਟ ਕਰਦੇ ਦਾਤ ਦਿੰਦੇ ਦਿਲ ਨਹੀਂ ਕਰਦਾ ਉਹਨਾਂ ਕੋਲ ਪੈਸੇ ਲਵਾਂ ਤੇ ਮੱਝ ਅੱਗੇ ਕਰ। ਮੈਂ ਚੰਗੀ ਤਰ੍ਹਾਂ ਵਿਖਾ ਲਾ ਤੇ ਮੁੱਲ ਮੈਂ ਕਰਨਾ ਤੇ ਇਨਸਾਫ ਮੇਰੇ ਵੀਰਾਵਾਂ ਕਰਨਾ। ਮੈਂ ਦਿਖਾ ਦਿੱਤੀ ਅੱਛੀ ਤਰ੍ਹਾਂ, ਤੁਸੀਂ ਮੁੱਲ ਕਰੋ ਜੀ ਪਿਆਰ ਨਾਲ ਲਾਓ ਨਾ ਬੰਦੇ ਆਉਂਦੇ ਨੇ ਮੇਰੇ ਕੰਨ ਜਿੱਡੀ ਜੇ ਬੰਦੇ ਤੂੰ ਮੱਝ ਉੱਚੀ ਤੇ ਮੁੜ ਤੇ ਮੇਰੀ ਮੱਝ ਹੈ। ਨਹੀਂ ਬਿਲਕੁਲ ਏਦਾਂ ਹੀ ਜੀ। ਆ ਦੇਖੋ ਜੀ ਮੱਝ ਦਾ ਜਿਹੜਾ ਫਾਈਨਲ ਰੇਟ ਹੈ ਨਾ, ਆਪਾਂ ਜ਼ਿਆਦਾ ਕੂੜ ਝੂਠ ਵਾਲੀ ਗੱਲਾਂ ਨਹੀਂ ਕਰਨੀਆਂ ਜੀ। ਦੂਜਾ ਵਾਰਾ ਸੁਣਾ ਇਸ ਗਰੰਟੀ ਨਾਲ ਜੀ, ਮੱਝ ਦਾ ਰੇਟ ਜਿਹੜਾ ਨਾ 3,85,000 ਲੈ ਲੈਣਾ। 3,85,000 ਰੁਪਏ ਬਿਲਕੁਲ ਠੀਕ ਹੋ ਗਿਆ। ਇਹਦੇ ਵਿੱਚ ਫਾਈਨਲ ਪਿਆਰ ਮੁਹੱਬਤ ਵਾਲੀ ਲਾਸਟ ਲਾਸਟ ਗੱਲ, ਬੜਾ ਪਿਆਰ ਮੁਹੱਬਤ ਕੀਤਾ ਹੈ ਬਿਲਕੁਲ। ਸੋਹਣਾ ਰੇਟ ਮਾਸ਼ਾਅੱਲਾ ਸੋਹਣਾ ਰੇਟ ਕੀਤਾ। ਲੇਕਿਨ ਜਿਹੜਾ ਰੇਟ ਹੈ ਨਾ ਜਿਹੜੇ ਮੇਰੇ ਵੀਰ ਨੂੰ ਪਸੰਦ ਆਵੇ, ਇਹਦੀ ਮੈਂ ਗਰੰਟੀ ਦੇ ਸਾ 15 ਲੀਟਰਾਂ ਦੀ ਜੀ। ਅਗਰ ਮੇਰੀ ਜੋਟੀ ਸੂ ਕੇ 10-15 ਦਿਨ 15-16 ਲੀਟਰ ਨਾ ਕਰੇ ਠੀਕ ਹੋ ਗਿਆ। ਖਾਦ ਖੁਰਾਕ ਨਾਲ ਜੀ, ਨੂਰ ਸ਼ਾਹ ਦੀ ਜੋਟੀ ਹੈ ਜੀ, ਜੂ ਦੀ ਇਲਾਕੇ ਦੀ, ਮੈਂ ਜੋਟੀ ਵਾਪਸ ਕਰ ਸਾਂ, ਕਿਰਾਇਆ ਤੇਰੇ ਤਿਥਮਈ ਸਾਂ, ਆਵਣ ਦਾ ਵੀ ਤੇ ਜਾਵਣ ਦਾ ਵੀ, ਇਹ ਗੱਡੀ ਦੀ ਮਾਲਕ ਹੈ। 15 ਲੀਟਰ ਮੁਹੱਬਤ ਕਰਕੇ ਜੀ ਫਾਈਨਲ ਜਿਹੜੀ ਨਾ ਜੋਟੀ ਦੇ ਛੱਡਣੀ 3,75,000। ਮਾਸ਼ਾਅੱਲਾ ਜੀ ਮਾਸ਼ਾਅੱਲਾ, ਕੀ ਬਾਤ ਹੈ। ਇਹ ਹੈਗਾ ਭਾਈਆ ਮੇਰੇ ਫੈਸਲਾ ਕਰਨਾ ਹੈ ਵੀ ਬਲੋਚ ਰੇਟ ਗਲਤ ਕੀਤੇ ਨੇ ਜਾਂ ਠੀਕ ਕੀਤੇ ਨੇ। ਨਹੀਂ ਰੇਟ ਮਾਸ਼ਾਅੱਲਾ ਸੋਹਣਾ ਹੈ, ਹਾਲਾਤ ਦੇ ਮੁਤਾਬਿਕ ਬਹੁਤ ਸੋਹਣਾ ਰੇਟ ਕੀਤਾ ਨੇ। ਬਾਕੀ ਲੈਣੀ ਦੇਣੀ ਨਸੀਬ ਮੁਕੱਦਰ ਦੀ ਗੱਲ ਹੈ, ਦੋਸਤਾਂ ਨਾਲ ਪਿਆਰ ਮੁਹੱਬਤ ਹੋਏਗਾ ਨਾ ਇਨਸ਼ਾਅੱਲਾ ਜ਼ਰੂਰ ਜੀ। ਮਾਸ਼ਾਅੱਲਾ 3 ਮੱਝਾਂ ਦਿਖਾਈਆਂ ਨੇ ਤੁਹਾਨੂੰ, ਖੂਬਸੂਰਤ ਔਰ ਅੱਛੀਆਂ ਬਹੁਤ ਤਕੜੀਆਂ ਮੱਝਾਂ ਨੇ ਮਾਸ਼ਾਅੱਲਾ। ਬਾਕੀ ਸਾਈਕਲ ਲਾਣਾ ਬੜਾ ਔਖਾ ਹੈ, ਪੈਸਾ ਲੱਗਦਾ ਹੈ, ਜ਼ੋਰ ਲੱਗਦਾ ਹੈ ਬਿਲਕੁਲ। ਮੈਂ ਤਾਂ ਅੰਦਰੋਂ ਦੀ ਚੁਆਈ ਹੁੰਦੀ ਬਿਲਕੁਲ। ਜ਼ਰੂਰਤ ਹੋਵੇ ਬੜਾ ਚੁਆਈ ਹੋਇਆ ਬਿਲਕੁਲ ਤੁਹਾਡੇ ਸਾਹਮਣੇ ਇਨਸ਼ਾਅੱਲਾ। ਉਹ ਵੀਡੀਓ ਵੀ ਕਿਸੇ ਨੂੰ ਜ਼ਰੂਰਤ ਹੋਵੇ ਤਾਂ ਮੈਂ ਇਨਸ਼ਾਅੱਲਾ ਜ਼ਿੰਮੇਦਾਰੀ ਨਾਲ ਉਹਦੇ ਕੋਲ ਪਹੁੰਚਾ ਦਿਆਂਗਾ। ਫਖਰ ਨਿੱਕਾ ਨਿੱਕਾ ਲੱਗਾ ਹੋਇਆ ਬਿਲਕੁਲ, ਸਾਰੀ ਸਿਰਫ ਪੂਛਲ ਚਿੱਟਾ ਹੀ ਸੂ ਜੀ। 3 ਮੱਝਾਂ ਦਿਖਾਈਆਂ ਨੇ ਬਿਲਕੁਲ ਮਾਸ਼ਾਅੱਲਾ ਅੱਛੀਆਂ ਔਰ ਖੂਬਸੂਰਤ, ਦੇਖ ਕੇ ਪਸੰਦ ਕਰਕੇ ਖਰੀਦ ਸਕਦੇ ਹੋ। ਅਗਲੀ ਵੀਡੀਓ ਤੱਕ ਦੇਣੀ ਇਜਾਜ਼ਤ, ਅੱਲਾ ਹਾਫਿਜ਼ ਜੀ। ਅਸਲਾਮ ਅਲੈਕੁਮ ਦੋਸਤੋ, ਕੀ ਹਾਲ ਚਾਲ ਹੈ, ਠੀਕ ਹੋ? ਅੱਛਾ ਜੀ, ਮਹਿਮਾਨ ਆਏ ਸਾਡੇ ਕੋਲ ਅੱਜ ਬੱਖਰ ਤੋਂ, ਬਾਈ ਮੁਰਤਜ਼ਾ ਦੀਆਂ ਜਿਹੜੀਆਂ ਪਿਛਲੀਆਂ 2 ਮੱਝਾਂ ਦਿਖਾਈਆਂ ਨੇ ਮਾਸ਼ਾਅੱਲਾ ਜਿਹੜੀਆਂ ਵੱਡੀਆਂ ਨੇ, ਉਹ ਦੋਨੋਂ ਇਹਨਾਂ ਨੇ ਖਰੀਦੀਆਂ ਨੇ। ਅੱਛਾ ਜੀ, ਨਾਮ ਤੁਹਾਡਾ ਕੀ ਜੀ? ਮੁਹੰਮਦ ਰਮਜ਼ਾਨ। ਮੁਹੰਮਦ ਰਮਜ਼ਾਨ ਸਾਹਿਬ, ਅੱਜ ਸਾਹਿਬ ਤੁਹਾਡਾ ਨਾਮ ਜੀ? ਅਬਦੁਲ ਗਫੂਰ ਹੋ ਗਿਆ। ਅਬਦੁਲ ਗਫੂਰ ਜੀ, ਤੁਹਾਡਾ ਨਾਮ? ਅੱਲਾ ਦੇ ਨਾਲ।
ਅੱਲਾ ਨਵਾਜ਼ ਜੀ, ਤੁਹਾਡਾ ਨਾਮ ਜੀ? ਮੁਹੰਮਦ ਅਕਮਲ। ਅੱਛਾ ਮੁਹੰਮਦ ਅਕਮਲ, ਥੋੜਾ ਹੀ ਸ਼ਰਮਾਉਂਦੇ ਪੈਣ ਕੈਮਰੇ ਤੋਂ ਜੀ। ਬਾਕੀ ਜਿਹੜੀਆਂ ਤੁਸੀਂ ਮੱਝਾਂ ਲਈਆਂ ਨੇ ਜੀ, ਕੁੱਤੇ ਆਏ ਨੇ, ਸਾਨੂੰ ਖੁਸ਼ੀ ਹੋਈ ਇਸ ਗੱਲ ਦੀ। ਅਸਾਂ ਵੀਡੀਓ ਦੇ ਵਿੱਚ ਵੀ ਆਖਿਆ ਕਿ ਕੁੱਤੇ ਆਓ ਦੇਖੋ ਪਸੰਦ ਕਰੋ, ਸਾਨੂੰ ਜ਼ਿਆਦਾ ਖੁਸ਼ੀ ਹੋਈ। ਬਾਕੀ ਤੁਸੀਂ ਮੱਝਾਂ ਦੇਖੀਆਂ ਪਸੰਦ ਆਈਆਂ ਜੀ? ਜਿੰਨੀਆਂ ਦਿਖਾਈਆਂ ਸੀ ਕੈਮਰੇ ਦੇ ਵਿੱਚ ਉਹ ਓਦਾਂ ਹੀ ਨਜ਼ਰ ਆਈਆਂ ਨੇ। ਉਹ ਇਹ ਤਾਂ ਨਹੀਂ ਕਿ ਕੈਮਰੇ ਦੇ ਵੱਡੀਆਂ ਦਿਖਾਈਆਂ ਤੇ ਇੱਥੇ ਆਏ ਉਹ ਛੋਟੀਆਂ ਨਜ਼ਰ ਆਈਆਂ, ਐਵੇਂ ਜੀ ਸਾਹਿਬ? ਬਾਕੀ ਦੋ ਟਾਈਮ ਦੀ ਚੁਆਈ ਕੀਤੇ ਨੇ, ਰਾਤ ਆਏ ਨੇ ਸਾਡੇ ਕੋਲ, ਰਾਤ ਚੁਆਈ ਕੀਤੀ ਨੇ ਇੱਥੇ। ਜੋ ਵੀ ਖਿਦਮਤ ਸਾਡੇ ਕੋਲ ਹੋ ਸਕਦੀ ਆ, ਗਰੀਬੀ ਦਾ ਵੇਲੇ ਉਹ ਵੀ ਕੀਤੀ ਹੈ। ਸੁਬਹ ਹੀ ਨਾਸ਼ਤਾ ਕੀਤਾ ਤੇ ਦੋ ਮੱਝਾਂ ਦੇਖੀਆਂ ਨੇ, ਖਰੇ ਤੇ ਸੁਬਹ ਵੀ ਚੁਆਈ ਹੋਈ ਜੀ। ਬਿਲਕੁਲ ਜਿਹੜਾ ਦੁੱਧ ਦੁੱਧ ਚੋਇਆ ਕੋਈ ਖੁਆ ਛਿੱਟਾ ਨਾਲ ਮਰੋੜੀ ਤੇ ਕੋਈ ਨੀ, ਸਾਫ਼ ਇਨਸਾਨ ਜੀ। ਜਿਹੜੀਆਂ ਗੱਲਾਂ ਬਾਤਾਂ ਹੋਈਆਂ ਸੀ ਦਿਮਾਗ ਤੇ ਪੂਰਾ ਉਤਰਿਆ, ਮੁੜ ਜਾ ਕੇ ਨਹੀਂ ਐਵੇਂ ਤਾਂ ਨਹੀਂ ਮੈਂ ਗਰੰਟੀ ਚੁੱਕੀ ਬੈਠਾ ਦੱਸਿਆ ਵਾ ਤੋ ਹੁੰਦਾ ਕਿ ਬੰਦਾ ਮੈਂ ਗਰੰਟੀ ਚੁੱਕੀ ਇਹਨਾਂ ਕਿ ਇਸ ਦੇ ਕੋਲ ਪੇਮੈਂਟ ਭੇਜੋ ਜਾਂ ਕੋਈ ਮਾਝ ਦੇ ਨੁਕਸ ਕੋਈ ਪ੍ਰੋਬਲਮ ਹੁੰਦੀ ਹੈ ਇਨਸ਼ਾਲਾ ਮੈਂ ਜ਼ਿੰਮੇਦਾਰ ਹੋਵਾਂ। ਗਰੰਟੀ ਤੇ ਪੂਰਾ ਉਤਰਿਆ ਜੀ, ਮੱਝਾਂ ਪਸੰਦ ਹੈ, ਖੁਸ਼ੀ ਨਾਲ ਲੈ ਕੇ ਜਾ ਰਹੇ ਹੋ ਜੀ ਜੀ। ਠੀਕ ਹੈ, ਹੁਣ ਕੈਮਰਾਮੈਨ ਲੋਡਿੰਗ ਦਿਖਾ ਦਿਓ ਜੀ। ਇਹ ਜੀ ਮੱਝਾਂ ਦੀ ਲੋਡਿੰਗ ਹੋ ਰਹੀ ਤੁਹਾਡੇ ਸਾਹਮਣੇ ਜੀ। ਮਾਝ ਦੀ ਸੁਬਹ ਚੁਆਈ ਹੋ ਚੁੱਕੀ ਜੀ, ਬਾਕੀ ਤੁਸੀਂ ਦੇਖ ਲਓ ਮਾਝ ਖੁਦ ਦੇਖ ਲਓ। ਇਹ ਦੂਸਰੀ ਵੀ ਲੋਡ ਕਰੋ ਜੀ, ਜੀ ਅੱਗੇ ਆ ਦੂਸਰੇ ਨੰਬਰ ਵਾਲੀ ਮਾਝ ਸੂਣ ਵਾਲੀ ਜੀ ਬਿਲਕੁਲ। ਇਹ ਦੇਖੋ ਮਾਸ਼ਾ ਅੱਲਾ, ਕਾਫੀ ਸਫ਼ਰ ਕਰਕੇ ਆਏ ਨੇ ਸਾਡੇ ਕੋਲ ਦੋਸਤ ਬੱਖਰ ਦੇ ਵਿੱਚੋਂ, ਸਿੰਧ ਦਾ ਇਲਾਕਾ ਪੈਂਦਾ ਜਿੱਥੋਂ ਆਏ ਨੇ ਦੋਸਤ ਮਾਸ਼ਾਅੱਲਾ। ਬਾਕੀ ਇਤਮਾਦ ਨਾਲ, ਪੂਰੇ ਇਤਮਾਦ ਨਾਲ ਮੱਝਾਂ ਦਿੱਤੀਆਂ ਨੇ ਔਰ ਭਰੋਸੇ ਨਾਲ ਪਸੰਦ ਕਰਕੇ ਆਪਣਾ ਤਸੱਲੀ ਕਰਕੇ ਲੈ ਕੇ ਜਾ ਰਹੇ ਨੇ। ਦੋ ਟਾਈਮ ਦੀ ਚੁਆਈ ਵੀ ਕੀਤੀ ਇਹਨੇ ਔਰ ਬੜਾ ਖੁਸ਼ ਹਨ ਅਤੇ ਰਾਜ਼ੀ ਹਨ ਇਨਸ਼ਾਅੱਲਾ। ਇਤਮਾਦ ਟੀ ਵੀ ਦਾ ਇਤਮਾਦ ਬਰਕਰਾਰ ਰੱਖਾਂਗੇ ਔਰ ਤੁਸੀਂ ਇਨਸ਼ਾਅੱਲਾ ਭਰੋਸਾ ਕਰਨਾ ਹੈ ਮੁਰਤਜ਼ਾ ਬਾਈ 'ਤੇ, ਅੱਲਾ ਖੈਰ ਕਰੇ ਜੀ। ਔਰ ਇਹਨਾਂ ਨੂੰ ਅੱਲਾ ਤਾਲਾ ਖੈਰ ਆਫੀਅਤ ਨਾਲ ਆਪਣੇ ਮੰਜ਼ਲੇ ਮਕਸੂਦ 'ਤੇ ਪਹੁੰਚਾਵੇ ਜੀ। ਇਹ ਦੇਖ ਲਓ ਜੀ, ਬਾਕੀ ਇੱਥੋਂ ਅੱਗੇ ਨਵੀਂ ਵੀਡੀਓ ਦਾ ਆਗਾਜ਼ ਕਰਨੇ ਹਾਂ ਜੀ।